ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਸਮਰਾਲਾ ਤੇ ਜ਼ਿਲ੍ਹਾ ਹੈ ਲੁਧਿਆਣਾ। ਸਾਨੂੰ ਇੱਕ ਬਜ਼ੁਰਗ ਮਿਲੇ ਸੀ ਇੱਥੇ ਜੋ ਕਿ ਉਟਾਲਾ, ਕਿਆ ਪਿੰਡ ਹੈ ਜੀ ਆਪਣੇ ਨਾਲ? ਉਟਾਲਾ ਪਿੰਡ ਸੀ ਜਿਨ੍ਹਾਂ ਦਾ। ਇੱਥੋਂ 2-2.5 ਕਿਲੋਮੀਟਰ ਹੈ, ਜੋ ਕਿ ਸਾਈਕਲ 'ਤੇ ਆਉਂਦੇ ਨੇ ਜਦੋਂ ਵੀ ਉਹਨਾਂ ਨੂੰ ਕੋਈ ਕੰਮ ਹੋਵੇ ਸਮਰਾਲੇ, ਤਾਂ ਸਿਹਤ ਇੰਨੀ ਉਹਨਾਂ ਦੀ ਕਾਮਯਾਬ ਅੱਜ ਵੀ। ਤਾਂ ਉਟਾਲਾ ਪਿੰਡ ਦਾ ਜ਼ਿਲ੍ਹਾ ਸੀ ਲੁਧਿਆਣਾ, 47 ਦੇ ਵਕਤ ਵੀ ਲੁਧਿਆਣਾ ਹੀ ਸੀ। ਚਲੋ ਉਹਨਾਂ ਨਾਲ ਗੱਲ ਕਰਦੇ ਤਾਂ ਜਾਣਦੇ ਹਾਂ 47 ਦਾ, ਅਗਰ ਦੱਸ ਸਕੇ ਸਾਨੂੰ ਕੁਛ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ। ਕਿਆ ਨਾਮ ਹੈ ਜੀ ਆਪਣਾ? ਅਵਤਾਰ ਸਿੰਘ ਉਟਾਲਾ। ਠੀਕ ਹੈ ਜੀ। ਜਾਂ ਦੱਸ ਸਕਦੇ ਹੋ ਸਾਨੂੰ 47 ਦਾ ਕੁਛ ਜੇ ਯਾਦ ਹੈ? ਕੱਕੇ ਗੱਲ ਹੈਗੀ ਇਹ ਵੀ ਮੇਰਾ ਜਨਮ ਹੈਗਾ 47 ਤੋਂ 8-9 ਸਾਲ ਬਾਅਦ ਦਾ। ਠੀਕ ਹੈ ਜੀ। ਜਿਹੜੇ ਮੇਰੇ ਮਾਂ ਬਾਪ ਸੀਗੇ ਉਹ 47 ਵੇਲੇ ਭਰ ਜਵਾਨੀ ਸੀ। ਉਹਨੇ 47 ਦੇ ਵਿੱਚ ਜੋ ਘਟਨਾਵਾਂ ਹੋਈਆਂ ਸਾਰਾ ਕੁਛ ਉਹਨਾਂ ਨੇ ਅੱਖੀ ਦੇਖਿਆ। ਉਸ ਟਾਈਮ ਸਾਡੇ ਜਿਹੜਾ ਉਟਾਲਾ ਪਿੰਡ ਦੇ ਵਿੱਚ ਕਾਫੀ ਮੁਸਲਿਮ ਲੋਕ ਰਹਿੰਦੇ ਸੀਗੇ ਜਿਹੜੇ ਇੱਥੋਂ ਉੱਜੜ ਕੇ ਪਾਕਿਸਤਾਨ ਚਲੇ ਗਏ। ਠੀਕ ਹੈ। ਉਹਨਾਂ ਦੇ ਨਾਲ ਬਹੁਤ ਉਹਨਾਂ ਦੀ ਨੇੜਤਾ ਸੀ, ਸਰੀਕਾ ਕਬੀਲਾ ਯਾਨੀ ਸਾਂਝਾ ਸੀਗੀਆਂ ਸਾਰੀਆਂ। ਉਹ ਗੱਲਾਂ ਅਸੀਂ ਬਜ਼ੁਰਗਾਂ ਤੋਂ ਹੀ ਸੁਣੀਆਂ। ਠੀਕ ਹੈ ਜੀ। ਤਾਂ ਸਾਡਾ ਜਿਹੜਾ ਪਿੰਡ ਹੈ ਉਟਾਲਾ, ਜਦੋਂ 47 ਦੇ ਜੋ ਸਾਡੇ ਬਜ਼ੁਰਗਾਂ ਨੇ ਦੱਸਿਆ ਵੀ ਇਹ ਬੜਾ ਪੀਸਫੁੱਲ ਰਿਹਾ, ਇੱਥੇ ਕੋਈ ਬਹੁਤਾ ਹੱਲਾ ਗੁੱਲਾ ਨਹੀਂ ਹੋਇਆ। ਇੱਥੇ ਲੋਕਾਂ ਨੇ ਉਹਨਾਂ ਨੂੰ ਬੜੇ ਚੰਗੇ ਢੰਗ ਨਾਲ ਜਾਣੀ ਜੋ ਜਿੰਨੀ ਕੁ ਸਹਾਇਤਾ ਹੋਈ ਉਹਨਾਂ ਨੂੰ ਉੱਥੇ ਪਾਕਿਸਤਾਨ ਜਾਣ ਦੇ ਵਿੱਚ ਸਾਡੇ ਪਿੰਡ ਦੇ ਲੋਕਾਂ ਨੇ। ਕੋਈ ਇੱਥੇ ਕਤਲੋਗਰਦ ਬਹੁਤੀ ਜ਼ਿਆਦਾ ਨਹੀਂ ਹੋਈ। ਉਹ ਸਾਡੇ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਲੋਕਾਂ ਦਾ ਕੰਮ ਸੀਗਾ ਉਹ ਤਕਰੀਬਨ ਬਹੁਤਾ ਖੇਤੀਬਾੜੀ ਆ ਅਤੇ ਹੋਰ ਕੰਮ ਜ਼ਿਆਦਾ ਕਰਦੇ ਸੀਗੇ ਜਿਵੇਂ ਜਿਹੜੇ ਵੱਖਰੇ ਕੰਮ, ਇਸ ਕਰਕੇ ਉਹ ਜੁੜੇ ਹੋਏ ਸੀਗੇ ਸਾਡੇ ਇਹਨਾਂ ਇਹਨਾਂ ਦੇ ਨਾਲ। ਹੁਣ ਵੀ ਸਾਡੇ ਪਿੰਡ ਦੇ ਵਿੱਚ ਕਈ ਘਰ ਮੁਸਲਮਾਨਾਂ ਦੇ ਹੈਗੇ, ਉਹਨਾਂ ਦੀ ਮਸਜਿਦ ਵੀ ਹੈ, ਕਸਟੋਡੀਅਮ ਦੀ ਜ਼ਮੀਨ ਵੀ ਹੈ, ਸਾਰੇ ਉੱਤੇ ਉਹ ਜੋ ਰਸਮਾਂ ਰਿਵਾਜ਼ਾਂ ਨੇ ਆਪਣੀਆਂ ਮੁਸਲਿਮ ਧਰਮ ਦੇ ਤੌਰ 'ਤੇ ਉਹ ਕਰਦੇ ਨੇ, ਕਈ ਬਾਹਰੋਂ ਆ ਕੇ ਵੀ ਇੱਥੇ ਉਟਾਲਾ ਦੇ ਵਿੱਚ। ਠੀਕ ਹੈ ਬਾਬਾ ਜੀ। ਤੁਸੀਂ ਕੀ ਕਵਿਤਾਵਾਂ ਲਿਖਦੇ ਹੋ ਜੀ? ਮੈਂ ਕਵਿਤਾ ਲਿਖਦਾ, ਮੈਂ ਠੀਕ ਹੈ ਸੁਣਾ ਸਕਦੇ? ਮੈਂ ਇੱਕ ਕਵਿਤਾ ਜੋ ਹੁਣੇ ਅੱਜ ਹੀ ਲਿਖੀ, ਵੈਸੇ ਥੋੜ੍ਹੇ ਦਿਨ ਅੱਜ ਹੀ ਮੈਂ ਤੁਹਾਨੂੰ ਤਾਜੀ ਦੀ ਕਵਿਤਾ, ਉਹ ਹੈਗਾ ਜੀ, ਕਵਿਤਾ ਦਾ ਸਿਰਲੇਖ ਹੈ ਲਿਗ ਮਾਂ ਦੀ ਬੁੱਕਲ ਦਾ। ਇਹ ਸੱਚਾ ਸੌਦਾ ਮਮਤਾ ਦਾ, ਲਗਨ ਨਹੀਂ ਉਧਾਰ ਮਿਲਦਾ, ਜੋ ਲਿਗ ਹੈ ਮਾਂ ਦੀ ਬੁੱਕਲ ਦਾ ਉਹ ਮੁੱਲ ਲਾ ਵਿੱਚ ਬਾਜ਼ਾਰ ਮਿਲਦਾ। ਵਾਜੀ ਵਾਹ। ਇਹ ਖੇਡ ਕਹੀ ਗ੍ਰਿਸਤੀ ਦੀ, ਪੌਣਾ ਵਰੇ ਮਾਂ ਦੀ ਕੁੱਖ ਵਿੱਚ ਚੱਲੇ ਸੀ, ਮਾਰੀ ਪਹਿਲੀ ਲਲਕਾਰੀ ਜੱਗ ਉੱਤੇ, ਸਾਰੇ ਹੋ ਗਈ ਬੱਲੇ ਬੱਲੇ ਦੀ, ਲਾ ਕਾਲਾ ਟਿੱਕਾ ਨਜ਼ਰਾਂ ਤੋਂ ਮੂੰਹ ਚੁੰਮਿਆ ਸੀ। ਇਹੋ ਜਿਹਾ ਨਹੀਂ ਸ਼ਿੰਗਾਰ ਮਿਲਦਾ, ਜੋ ਲਿਗ ਹੈ ਮਾਂ ਦੀ ਬੁੱਕਲ ਦਾ ਉਹ ਮੁੱਲ ਲਾ ਵਿੱਚ ਬਾਜ਼ਾਰ ਮਿਲਦਾ। ਮਾਂ ਸਾਰੀ ਰਾਤ ਨੀਂਦੀ ਰਹੀ, ਅਸੀਂ ਤਾਂ ਘੁੱਕ ਸੁੱਤੇ ਸੀ, ਚੱਕ ਗਿੱਲੀ ਥਾਂ ਤੋਂ ਪੈ ਗਈ ਆਪ, ਮੈਨੂੰ ਤਾਂ ਪਾਇਆ ਸੁੱਕੇ ਸੀ, ਦੇ ਲੋਹੜੀ ਚੁੱਪ ਕਰਾਇਆ ਸੀ, ਕਈ ਵਾਰੀ ਦੁੱਧ ਚੰਘਾਇਆ ਸੀ, ਦੇ ਲੋਹੜੀ ਚੁੱਪ ਕਰਾਇਆ ਸੀ, ਕਈ ਵਾਰੀ ਦੁੱਧ ਚੰਘਾਇਆ ਸੀ, ਨਾ ਮੂਲ ਦਿੱਤਾ ਨਾ ਵਿਆਜ ਦਿੱਤਾ, ਇਹ ਜਿਹਾ ਕਿਤੇ ਨਹੀਂ ਸ਼ਾਹੂਕਾਰ ਮਿਲਦਾ, ਜੋ ਨਿੱਘਾ ਮਾਂ ਦੀ ਬੁੱਕਲਦਾ ਉਹ ਮੁੱਲਾਂ ਵਿੱਚੋਂ ਯਾਰ ਮਿਲਦਾ। ਰੁੜ ਰੁੜ ਕੇ ਜਦੋਂ ਡਾਰ ਹੋਏ, ਮੈਂ ਪਿਓ ਪੜ੍ਹਨ ਸਕੂਲੇ ਪਾਇਆ ਸੀ, ਧੁੱਪ ਲੱਗ ਜਾਏ ਨਾ ਮੇਰੇ ਲਾਲ ਥਾਈ, ਬਾਪੂ ਸਾਈਕਲ ਤੇ ਘਰੇ ਲਿਆਇਆ ਸੀ, ਖਾਣ ਲਈ ਦੇਸੀ ਘਿਓ ਦੀ ਚੂਰੀ ਸੀ, ਨਾ ਕੰਨ ਤੇ ਮਾਂ ਦੀ ਮਿੱਠੀ ਜਿਹੀ ਘੂਰੀ ਸੀ, ਹੁਣ ਚਾਹੇ ਲੱਖ ਵੰਨ ਸਵੰਨੇ ਖਾ ਲਈਏ, ਉਹ ਪਿਆਰ ਜਿਹਾ ਨਹੀਂ ਦਿਖਾਰ ਮਿਲਦਾ, ਜੋ ਡਿੱਗਾ ਮਾਂ ਦੀ ਬੁੱਕਲਦਾ ਉਹ ਵਿੱਚ ਨਾ ਮੁੱਲ ਬਾਜ਼ਾਰ ਮਿਲਦਾ। ਚਾਹਵਾਂ ਨਾਲ ਪਲਾਲ ਪਾਲ ਪੋਸ ਕੇ ਆਪਣੇ ਪੈਰਾਂ ਉੱਤੇ ਆਏ ਸੀ, ਵਿਆਹ ਬੰਧਨਾਂ ਦੇ ਵਿੱਚ ਬੰਨੇ ਗਏ, ਗ੍ਰਿਸਤੀ ਨੇ ਅਜਿਹੇ ਚੱਕਰ ਚਲਾਏ ਸੀ, ਆਥਣੇ ਜਲਦੀ ਘਰੇ ਆ ਜੀ, ਲੂਣ ਤੇ ਲੱਕੜੀਆਂ ਲਿਆਉਣ ਦੇ ਸੁਨੇਹੇ ਆਏ ਸੀ, ਮਾਂ ਦੀਆਂ ਗਾਲਾਂ ਵੀ ਹੁੰਦੀਆਂ ਦੇਸੀ ਘਿਓ ਦੀਆਂ ਨਾਲਾਂ, ਅਟਾਲਾਂ ਘਰਵਾਲੀ ਦਾ ਨਕੌੜਾ ਚੜਿਆ ਹੀ ਰਹਿੰਦਾ, ਉਹਦੀ ਗੱਲ ਗੱਲ ਵਿੱਚੋਂ ਹਕਾਰ ਮਿਲਦਾ, ਜੋ ਲੱਗਿਆ ਮਾਂ ਦੀ ਬੁੱਕਲ ਦਾ ਉਹ ਮੁੱਲਾਂ ਵਿੱਚ ਬਾਜ਼ਾਰ ਮਿਲਦਾ, ਉਹ ਮੁੱਲਾਂ ਵਿੱਚ। ਵਾਹ ਜੀ ਵਾਹ ਬਾਬਾ ਜੀ, ਬਹੁਤ ਪਿਆਰੀ ਤੁਸੀਂ ਲਿਖੀ ਇਹ। ਹੋਰ ਵੀ ਤੁਸੀਂ ਸਾਨੂੰ ਦੱਸ ਸੁਣਾ ਸਕਦੇ ਹੋ ਇਦਾਂ ਦੀ ਕਈ ਲਿਖੀਆਂ ਹੋਈਆਂ ਜੀ ਤੁਸੀਂ? ਲਿਖੀਆਂ ਤਾਂ ਬਹੁਤ ਹੁੰਦੀਆਂ ਨੇ, ਪਰ ਇਸ ਟਾਈਮ ਮੇਰੇ ਕੋਲ ਇਹੀ ਹੈ ਜਿਹੜੀ ਅੱਜ ਮੈਂ ਲੇਟੈਸਟ ਲਿਖੀਆਂ। ਮੈਂ ਬਹੁਤ ਜ਼ਿਆਦਾ ਜਿਹੜੀਆਂ ਜਿੰਨੀਆਂ ਮੇਰੀਆਂ ਰਚਨਾ ਨੇ ਉਹ ਪੇਂਡੂ ਨੇ, ਗਦੌੜਾ ਕੰਜਰ ਬੰਜਰ ਤੇ ਸੁੱਕਾ ਹੇਜ ਮਿੱਤਰੀ ਦਾ, ਅਜਿਹੀ ਨਾ ਹੁੰਦੇ ਨੇ ਜਿਗਰ ਦੇ ਟੋਟੇ ਬਾਹਰ ਜਾਣ ਵਾਲੀਆਂ ਸਾਰੀਆਂ ਇਹ ਜਿਹੀਆਂ ਮੈਂ ਕਰਤਾ ਤਕਰੀਬਨ ਜਿਹੜੇ ਪੇਂਡੂ ਸੱਭਿਆਚਾਰ ਜਿਹੜਾ 50 ਸਾਲ ਪਹਿਲਾਂ ਗੱਲਾਂ ਸੀ ਉਹ ਮੈਂ ਇਹਨਾਂ ਦੇ ਵਿੱਚ
ठीक है बाबा जी, तुसीं बहुत कीमती सानूं दस्या जी, असीं थोड़ा बहुत बहुत धन्नवाद करते हैं जी, अपना समा देने लई धन्नवाद जी थोड़ा, बहुत बहुत शुक्रिया जी, तुसीं मैनूं इत्थे नवाजिया और मेरे नाल गल्लां बातां कीतीआं ने, बहुत बहुत धन्नवाद। ठीक है, शुक्रिया। ते साडे दुकानदार वीर दा वी बहुत धन्नवाद जिन्हां ने सानूं टाइम दित्ता अपना, शुक्रिया वीरे, धन्नवाद वीरे, धन्नवाद।